ਸੋਨਾ ਵੀ ਅਸੀਂ ਕਰ ਲਿਆ ਬਰਾਮਦ, ਕੁਛ ਨਕਦੀ ਬਰਾਮਦ ਕੀਤੀ ਆ, ਉਹਦਾ ਮੋਟਰਸਾਈਕਲ ਜੋ ਉਹਨੇ ਚੋਰੀ ਦੇ ਵਿੱਚ ਵਰਤਿਆ ਸੀ ਉਹਦੀ ਵੀ ਬਰਾਮਦ ਕੀਤੀ। ਕਾਫੀ ਦੇਰ ਪਹਿਲਾਂ 7-8 ਸਾਲ ਪਹਿਲਾਂ ਦੱਸਦਾ ਆਪਣੇ ਆਪ ਨੂੰ, ਮੈਂ ਬੰਬੇ ਰਹਿੰਦਾ ਹੁੰਦਾ ਸੀ, ਉੱਥੇ ਇਹਦਾ ਮਾਮਾ ਰਹਿੰਦਾ ਹੁੰਦਾ ਸੀ, ਉੱਥੇ ਇਹਨੂੰ ਚੋਰੀ ਕਰਨ ਦੀ ਆਦਤ ਪੈ ਗਈ ਸੀ। ਹਾਂਜੀ, ਇੱਕ ਇਹ 5 ਜੂਨ ਨੂੰ ਇੱਕ ਇਹ ਉਬਰ ਨਿਊਜ਼ ਗੇਟ ਹੈਗਾ ਕੁਰਾਲੀ ਰੋਡ 'ਤੇ, ਉੱਥੇ ਚੋਰੀ ਹੋਈ ਸੀਗੀ, ਘਰ ਬੰਦ ਪਿਆ ਸੀ, ਫਲੈਟ ਜਿਹੜਾ ਉਹਦੇ ਓਨਰ ਵਗੈਰਾ ਨੇ ਉਹ ਹਿਮਾਚਲ ਦੇ ਰਹਿਣ ਵਾਲੇ ਨੇ, ਉਹ ਹਿਮਾਚਲ ਵਿਖੇ ਗਏ ਹੋਏ ਸੀਗੇ, ਅਤੇ ਉਹਨਾਂ ਨੂੰ ਨੈਕਸਟ ਡੇ ਉਹਨਾਂ ਦੇ ਕਿਸੇ ਗੁਆਂਢੀ ਨੇ ਦੱਸਿਆ ਵੀ ਤੁਹਾਡੇ ਇੱਦਾਂ ਕਰਕੇ ਤਾਲੇ ਵਗੈਰਾ ਟੁੱਟੇ ਹੋਏ ਨੇ ਮੇਨ ਗੇਟ ਦੇ, ਤਾਂ ਉਹ ਫਿਰ ਨੈਕਸਟ ਡੇ ਹੀ ਇੱਥੇ ਆ ਗਏ ਸੀ। ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸੀਗਾ ਵੀ ਸਾਡਾ ਕਾਫੀ ਜ਼ਿਆਦਾ ਸੋਨਾ ਵਗੈਰਾ ਅਤੇ ਕੁਛ ਪੈਸੇ ਸੀਗੇ ਵੀ ਉਹ ਚੋਰੀ ਹੋ ਗਏ ਨੇ ਘਰ ਦੇ ਵਿੱਚ। ਫਿਰ ਅਸੀਂ ਇਹਨਾਂ ਦੀ ਸਾਰੇ ਜੋ ਵੀ ਸੁਸਾਇਟੀ ਦੇ ਵਿੱਚ ਲੱਗੇ ਹੋਏ ਹੈਗੇ ਕੈਮਰੇ ਵਗੈਰਾ, CCTV ਅਤੇ ਆਊਟਸਾਈਡਰ ਦੇ ਸਾਰੇ ਕੈਮਰੇ ਨੂੰ ਸਰਚ ਕੀਤਾ ਸੀ। ਇੱਕ ਸਾਨੂੰ ਥੋੜ੍ਹਾ ਸਸਪੈਕਟਡ ਦਿਖਿਆ ਸੀ ਜਿਹਦੇ ਵਿੱਚ ਪਿੱਠੂ ਬੈਗ ਉਹਨੇ ਆਪਣੇ ਪਾਇਆ ਹੋਇਆ ਸੀ ਅਤੇ ਜਾ ਰਿਹਾ ਸੀ, ਉਹ ਇੱਕ ਸੁਸਾਇਟੀ ਦਾ ਬੰਦ ਪਿਆ ਗੇਟ ਆ ਪਿਛਲੇ ਪਾਸੇ, ਉਹ ਟੱਪ ਕੇ ਉਹ ਉੱਥੋਂ ਬਾਹਰ ਚਲਿਆ ਗਿਆ ਸਾਰਾ ਸਮਾਨ ਚੋਰੀ ਵਗੈਰਾ ਕਰਕੇ। ਅਸੀਂ ਫਿਰ ਹੋਰ ਆਊਟਸਾਈਡਰ ਜਾ ਕੇ ਥੋੜ੍ਹੇ ਮੋਟੇ ਕੈਮਰੇ ਵਗੈਰਾ ਸਰਚ ਕੀਤੇ, ਤਾਂ ਉਹੀ ਜੋ ਸੇਮ ਕੱਪੜੇ ਉਹਨੇ ਪਾਏ ਹੋਏ ਸੀਗੇ ਚੋਰੀ ਕਰਨ ਦੇ ਮੌਕੇ ਜਦੋਂ ਉੱਧਰ ਜਾ ਰਿਹਾ CCTV, ਅਤੇ ਉਹੀ ਉਹਨੇ ਮੋਟਰਸਾਈਕਲ 'ਤੇ ਇੱਕ ਰੈਕੀ ਕੀਤੀ ਹੋਈ ਸੀਗੀ, ਉਹੀ ਕੱਪੜੇ ਉਹਦੇ ਵਿੱਚ ਸੀ। ਫਿਰ ਅਸੀਂ ਜੋ ਮੋਟਰਸਾਈਕਲ ਦੇ ਨੰਬਰ ਚੰਡੀਗੜ੍ਹ ਦਾ ਸੀ, ਅਸੀਂ ਚੰਡੀਗੜ੍ਹ ਤੋਂ ਸਰਚ ਕਰਦੇ ਕਰਦੇ ਮੌਲੀ ਜਗਰਾਂ ਦਾ ਉਹਨਾਂ ਦਾ ਸੀਗਾ ਆ ਰਿਹਾ ਸੀ, ਮੌਲੀ ਜਗਰਾਂ ਪਹੁੰਚੇ, ਤਾਂ ਇਸ ਕਰਕੇ ਅਸੀਂ ਉਹਨੂੰ ਫਿਰ ਦੋਸ਼ੀ ਨੂੰ ਕਾਬੂ ਕੀਤਾ। ਉਹਦੇ ਕੋਲੋਂ ਸੋਨਾ ਵੀ ਅਸੀਂ ਕਰ ਲਿਆ ਬਰਾਮਦ, ਕੁਛ ਨਕਦੀ ਬਰਾਮਦ ਕੀਤੀ ਆ, ਉਹਦਾ ਮੋਟਰਸਾਈਕਲ ਜੋ ਇਹਨੇ ਚੋਰੀ ਦੇ ਵਿੱਚ ਵਰਤਿਆ ਸੀ ਉਹਦੀ ਵੀ ਬਰਾਮਦ ਕੀਤੀ ਆ। ਸਰ ਬੇਸਿਕਲੀ ਕਿੱਥੋਂ ਦਾ ਰਹਿਣ ਵਾਲਾ ਹੈ? ਬੇਸਿਕਲੀ ਇਹ UP ਦਾ ਰਹਿਣ ਵਾਲਾ, ਜ਼ਿਲ੍ਹਾ ਪ੍ਰਤਾਪਗੜ੍ਹ ਦਾ ਹੈਗਾ, ਅਤੇ ਇਹ ਪਹਿਲਾਂ ਕਾਫੀ ਦੇਰ ਪਹਿਲਾਂ 7-8 ਸਾਲ ਪਹਿਲਾਂ ਦੱਸਦਾ ਆਪਣੇ ਆਪ ਨੂੰ ਵੀ ਮੈਂ ਬੰਬੇ ਰਹਿੰਦਾ ਹੁੰਦਾ ਸੀ, ਉੱਥੇ ਇਹਦਾ ਮਾਮਾ ਰਹਿੰਦਾ ਹੁੰਦਾ ਸੀ, ਉੱਥੇ ਇਹਨੂੰ ਚੋਰੀ ਕਰਨ ਦੀ ਆਦਤ ਪੈ ਗਈ ਸੀ। ਸਰ ਇਹ ਟੋਟਲ ਕਿੰਨਾ ਕੁ ਸੋਨਾ? ਟੋਟਲ ਸਰ ਇਹ 20-25 ਦੇ ਤੋਲੇ ਦੇ ਕਰੀਬ ਹੈਗਾ ਸੋਨਾ, ਜੋ ਅਸੀਂ ਇਹ ਤੋਂ ਰਿਕਵਰ ਕੀਤਾ ਸੀ। ਸੋਨਾ ਵੀ ਅਸੀਂ ਕਰ ਲਿਆ ਬਰਾਮਦ, ਕੁਛ ਨਕਦੀ ਬਰਾਮਦ ਕੀਤੀ ਆ, ਉਹਦਾ ਮੋਟਰਸਾਈਕਲ ਜੋ ਉਹਨੇ ਚੋਰੀ ਦੇ ਵਿੱਚ ਵਰਤਿਆ ਸੀ ਉਹਦੀ ਵੀ ਬਰਾਮਦ ਕੀਤੀ। ਕਾਫੀ ਦੇਰ ਪਹਿਲਾਂ 7-8 ਸਾਲ ਪਹਿਲਾਂ ਦੱਸਦਾ ਆਪਣੇ ਆਪ ਨੂੰ ਮੈਂ ਬੰਬੇ ਰਹਿੰਦਾ ਹੁੰਦਾ ਸੀ, ਉੱਥੇ ਇਹਦਾ ਮਾਮਾ ਰਹਿੰਦਾ ਹੁੰਦਾ ਸੀ, ਉੱਥੇ ਇਹਨੂੰ ਚੋਰੀ ਕਰਨ ਦੀ ਆਦਤ ਪੈ ਗਈ ਸੀ। ਹਾਂਜੀ, ਇੱਕ ਇਹ 5 ਜੂਨ ਨੂੰ ਇੱਕ ਇਹ ਉਬਰ ਨਿਊਜ਼ ਗੇਟ ਹੈਗਾ ਕੁਰਾਲੀ ਰੋਡ 'ਤੇ, ਉੱਥੇ ਚੋਰੀ ਹੋਈ ਸੀਗੀ, ਘਰ ਬੰਦ ਪਿਆ ਸੀ, ਫਲੈਟ ਜਿਹੜਾ ਉਹਦੇ ਓਨਰ ਵਗੈਰਾ ਨੇ ਉਹ ਹਿਮਾਚਲ ਦੇ ਰਹਿਣ ਵਾਲੇ ਨੇ, ਉਹ ਹਿਮਾਚਲ ਵਿਖੇ ਗਏ ਹੋਏ ਸੀਗੇ, ਅਤੇ ਉਹਨਾਂ ਨੂੰ ਨੈਕਸਟ ਡੇ ਉਹਨਾਂ ਦੇ ਕਿਸੇ ਗੁਆਂਢੀ ਨੇ ਦੱਸਿਆ ਵੀ ਤੁਹਾਡੇ ਇੱਦਾਂ ਕਰਕੇ ਤਾਲੇ ਵਗੈਰਾ ਟੁੱਟੇ ਹੋਏ ਨੇ ਮੇਨ ਗੇਟ ਦੇ, ਤਾਂ ਉਹ ਫਿਰ ਨੈਕਸਟ ਡੇ ਹੀ ਇੱਥੇ ਆ ਗਏ ਸੀ। ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸੀਗਾ ਵੀ ਸਾਡਾ ਕਾਫੀ ਜ਼ਿਆਦਾ ਸੋਨਾ ਵਗੈਰਾ ਅਤੇ ਕੁਛ ਪੈਸੇ ਸੀਗੇ ਵੀ ਉਹ ਚੋਰੀ ਹੋ ਗਏ ਨੇ ਘਰ ਦੇ ਵਿੱਚ। ਫਿਰ ਅਸੀਂ ਇਹਨਾਂ ਦੀ ਸਾਰੇ ਜੋ ਵੀ ਸੁਸਾਇਟੀ ਦੇ ਵਿੱਚ ਲੱਗੇ ਹੋਏ ਹੈਗੇ ਕੈਮਰੇ ਵਗੈਰਾ, CCTV ਅਤੇ ਆਊਟਸਾਈਡਰ ਦੇ ਸਾਰੇ ਕੈਮਰੇ ਨੂੰ ਸਰਚ ਕੀਤਾ ਸੀ। ਇੱਕ ਸਾਨੂੰ ਥੋੜ੍ਹਾ ਸਸਪੈਕਟਡ ਦਿਖਿਆ ਸੀ ਜਿਹਦੇ ਵਿੱਚ ਪਿੱਠੂ ਬੈਗ ਉਹਨੇ ਆਪਣੇ ਪਾਇਆ ਹੋਇਆ ਸੀ ਅਤੇ ਜਾ ਰਿਹਾ ਸੀ, ਉਹ ਇੱਕ ਸੁਸਾਇਟੀ ਦਾ ਬੰਦ ਪਿਆ ਗੇਟ ਆ ਪਿਛਲੇ ਪਾਸੇ, ਉਹ ਟੱਪ ਕੇ ਉਹ ਉੱਥੋਂ ਬਾਹਰ ਚਲਿਆ ਗਿਆ ਸਾਰਾ ਸਮਾਨ ਚੋਰੀ ਵਗੈਰਾ ਕਰਕੇ। ਅਸੀਂ ਫਿਰ ਹੋਰ ਆਊਟਸਾਈਡਰ ਜਾ ਕੇ ਥੋੜ੍ਹੇ ਮੋਟੇ ਕੈਮਰੇ ਵਗੈਰਾ ਸਰਚ ਕੀਤੇ, ਤਾਂ ਉਹੀ ਜੋ ਸੇਮ ਕੱਪੜੇ ਉਹਨੇ ਪਾਏ ਹੋਏ ਸੀਗੇ ਚੋਰੀ ਕਰਨ ਦੇ ਮੌਕੇ ਜਦੋਂ ਉੱਧਰ ਜਾ ਰਿਹਾ CCTV, ਅਤੇ ਉਹੀ ਉਹਨੇ ਮੋਟਰਸਾਈਕਲ 'ਤੇ ਇੱਕ ਰੈਕੀ ਕੀਤੀ ਹੋਈ ਸੀਗੀ, ਉਹੀ ਕੱਪੜੇ ਉਹਦੇ ਵਿੱਚ ਸੀ। ਫਿਰ ਅਸੀਂ ਜੋ ਮੋਟਰਸਾਈਕਲ ਦੇ ਨੰਬਰ ਚੰਡੀਗੜ੍ਹ ਦਾ ਸੀ, ਅਸੀਂ ਚੰਡੀਗੜ੍ਹ ਤੋਂ ਸਰਚ ਕਰਦੇ ਕਰਦੇ ਮੌਲੀ ਜਗਰਾਂ ਦਾ ਉਹਨਾਂ ਦਾ ਸੀਗਾ ਆ ਰਿਹਾ ਸੀ, ਮੌਲੀ ਜਗਰਾਂ ਪਹੁੰਚੇ, ਤਾਂ ਇਸ ਕਰਕੇ ਅਸੀਂ ਉਹਨੂੰ ਫਿਰ ਦੋਸ਼ੀ ਨੂੰ ਕਾਬੂ ਕੀਤਾ। ਉਹਦੇ ਕੋਲੋਂ ਸੋਨਾ ਵੀ ਅਸੀਂ ਕਰ ਲਿਆ ਬਰਾਮਦ, ਕੁਛ ਨਕਦੀ ਬਰਾਮਦ ਕੀਤੀ ਆ, ਉਹਦਾ ਮੋਟਰਸਾਈਕਲ ਜੋ ਉਹਨੇ ਚੋਰੀ ਦੇ ਵਿੱਚ ਵਰਤਿਆ ਸੀ ਉਹਦੀ ਵੀ ਬਰਾਮਦ ਕੀਤੀ ਆ। ਸਰ ਬੇਸਿਕਲੀ ਕਿੱਥੋਂ ਦਾ ਰਹਿਣ ਵਾਲਾ ਹੈ? ਬੇਸਿਕਲੀ ਇਹ UP ਦਾ ਰਹਿਣ ਵਾਲਾ, ਜ਼ਿਲ੍ਹਾ ਪ੍ਰਤਾਪਗੜ੍ਹ ਦਾ ਹੈਗਾ,
ਤੇ ਇਹੀ ਪਹਿਲਾਂ ਕਾਫੀ ਦੇਰ ਪਹਿਲਾਂ 7-8 ਸਾਲ ਪਹਿਲਾਂ ਦੱਸਦਾ ਆਪਣੇ ਆਪ ਨੂੰ ਵੀ ਮੈਂ ਬੰਬੇ ਰਹਿੰਦਾ ਹੁੰਦਾ ਸੀ, ਉੱਥੇ ਇਹਦਾ ਮਾਮਾ ਰਹਿੰਦਾ ਹੁੰਦਾ ਸੀ, ਉੱਥੇ ਇਹਨੂੰ ਚੋਰੀ ਕਰਨ ਦੀ ਆਦਤ ਪੈ ਗਈ ਸੀ। ਸਰ ਇਹ ਟੋਟਲ ਕਿੰਨਾ ਕੁ ਸੋਨਾ? ਟੋਟਲ ਸਰ ਇਹ 20 ਤੋਂ 25 ਦੇ ਤੋਲੇ ਦੇ ਕਰੀਬ ਹੈਗਾ ਸੋਨਾ ਜੋ ਅਸੀਂ ਇਹ ਤੋਂ ਰਿਕਵਰ ਕੀਤਾ ਸੀ।